ਜਿਲ੍ਹਾ ਭਾਰਤੀ ਕਿਸਾਨ ਯੂਨੀਅਨ ਰਾਜਵਾਲ ਜ਼ਿਲ੍ਹਾ ਪ੍ਰਧਾਨ ਅਸੀਂ ਸਾਰੀਆਂ ਜਥੇਬੰਦੀਆਂ ਨੇ ਰਲ ਕੇ ਅੱਜ ਟਰੈਕਟਰ ਮਾਰਚ ਕਰ ਰਹੇ ਹਾਂ। ਟਰੈਕਟਰ ਮਾਰਚ ਚੱਲ ਰਿਹਾ ਸਾਡਾ, ਅਸੀਂ ਸਰਹੰਦ ਮੰਡੀ 'ਚ ਇਕੱਠੇ ਹੋਏ ਹਾਂ, ਇਕੱਠੇ ਹੋ ਕੇ ਫਤਿਹਗੜ੍ਹ ਸਾਹਿਬ ਜਾ ਕੇ ਅਸੀਂ ਇਹ ਟਰੈਕਟਰ ਮਾਰਚ ਲੰਬਾ ਕਰਕੇ ਬੱਸੀ ਵਾਲੇ ਵੀ ਇਕੱਠੇ ਹੋਣਗੇ। ਸਾਰੇ ਜਥੇਬੰਦੀਆਂ ਇਕੱਠੀਆਂ ਨੇ, ਸਾਰੀਆਂ ਜਥੇਬੰਦੀਆਂ ਰਲ ਕੇ ਮਾਰਚ ਕਰ ਰਹੀਆਂ ਨੇ। ਸਾਡਾ ਰੋਲ ਹੈ ਕਿਸਾਨਾਂ ਨੂੰ ਕਰਜ਼ਾ ਮੁਕਤ ਕਰੋ ਅਤੇ ਸਾਡੇ ਪੰਜਾਬ ਦਾ ਪਾਣੀ ਬਚਾਓ। ਜ਼ਰੂਰੀ ਹੈ ਜਾਂ ਪੰਜਾਬ ਪਾਣੀ ਆ, ਹਰ ਜ਼ਿਲ੍ਹੇ ਮਤਲਬ ਹਰ ਬੰਦੇ ਨੂੰ ਚਾਹੀਦਾ, ਹਰ ਵਰਗ ਨੂੰ ਚਾਹੀਦਾ, ਹਰ ਮਤਲਬ ਜਾਨਵਰ ਨੂੰ ਚਾਹੀਦਾ, ਪਸ਼ੂ ਨੂੰ ਚਾਹੀਦਾ, ਹਰ ਇੱਕ ਦੀ ਇਹ ਸਮੱਸਿਆ ਪਾਣੀ ਦੀ। ਅਸੀਂ ਪੰਜਾਬ ਸਰਕਾਰ ਨੂੰ ਔਰ ਸੈਂਟਰ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਜਿਹੜਾ ਸਾਡਾ ਪਾਣੀ ਨਹਿਰੀ ਪਾਣੀ ਆ ਸਾਡੇ ਖੇਤਾਂ ਤੱਕ ਪਹੁੰਚਾਓ ਤਾਂ ਕਿ ਸਾਡਾ ਪਾਣੀ ਧਰਤੀ ਵਾਲਾ ਨੀਚੇ ਵਾਲਾ ਪਾਣੀ ਬਚ ਸਕੇ ਤਾਂ ਅਸੀਂ ਅੱਗੇ ਵੱਧ ਸਕੀਏ। ਇਹ ਹਰ ਸਾਡੇ ਕੋਲ ਪਾਣੀ ਹੋਊਗਾ ਤਾਂ ਸਾਡੀ ਖੇਤੀ ਹੋਊਗੀ, ਤਾਂ ਅਨਾਜ ਪੈਦਾ ਹੋਊਗਾ, ਤਾਂ ਖਾਣ ਵਾਲੇ ਨੂੰ ਅਨਾਜ ਮਿਲੂਗਾ। ਅਗਰ ਸਾਡਾ ਪਾਣੀ ਨਹੀਂ ਬਚਦਾ ਤਾਂ ਸਾਡਾ ਮਤਲਬ ਕੁਛ ਵੀ ਨਹੀਂ ਰਹਿਣਾ। ਅਸੀਂ ਰਾਜਸਥਾਨ ਦੇ ਰਾਹੀਂ ਰਾਜਸਥਾਨ ਬਣ ਜੂਗਾ ਸਾਡਾ, ਇੱਥੇ ਸਾਨੂੰ ਡਰ ਆ। ਅਸੀਂ ਸਰਕਾਰਾਂ ਨੂੰ ਬੇਨਤੀ ਕਰਦੇ ਹਾਂ ਵੀ ਇਹ ਪਾਣੀ ਦੇ ਜੋ ਵੱਧ ਤੋਂ ਵੱਧ ਸਮੱਸਿਆ ਨੂੰ ਹੱਲ ਕਰੋ। ਇਹਦਾ ਸਟੇਟਾਂ ਦਾ ਅਧਿਕਾਰ ਆ, ਖਾਸ ਤੌਰ 'ਤੇ ਪੰਜਾਬ ਸਰਕਾਰ ਨੂੰ ਚਾਹੀਦਾ ਵੀ ਉਹ ਇਸ ਪਾਣੀ ਦੇ ਮਸਲੇ ਨੂੰ ਗੌਰ ਕਰੇ, ਮਾੜੀ ਪਾਣੀ ਨੂੰ ਵੱਧ ਤੋਂ ਵੱਧ ਖੇਤਾਂ ਤੱਕ ਪਹੁੰਚਾਏ। ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਅਤੇ ਅੱਜ ਅਸੀਂ SKM ਜਿਹੜੀਆਂ 37 ਜਥੇਬੰਦੀਆਂ ਉਹਨਾਂ ਦੇ ਆਦੇਸ਼ ਦੇ ਉੱਤੇ ਇਹ ਜਿਹੜਾ ਤਹਿਸੀਲ ਕੰਪਲੈਕਸ ਅਤੇ ਜ਼ਿਲ੍ਹਾ ਕੰਪਲੈਕਸਾਂ ਦੇ ਵਿੱਚ ਆਪਣਾ ਟਰੈਕਟਰ ਮਾਰਚ ਕੱਢ ਰਹੇ ਹਾਂ ਅਤੇ ਜਿਹੜੀਆਂ ਸਾਡੀਆਂ ਮੇਨ ਮੰਗਾਂ ਨੇ ਜਿੱਦਾਂ ਸਵਾਮੀਨਾਥਨ ਦੀ ਰਿਪੋਰਟ, MSP ਦੀ, ਪਾਣੀ ਦੇ ਮੁੱਦੇ ਨੇ, ਉਸ ਤੋਂ ਬਾਅਦ ਜਿਹੜੇ ਸਾਡੇ ਕਿਸਾਨਾਂ 'ਤੇ ਪਰਚੇ ਕਰਦੇ ਨੇ ਅਤੇ ਲਖਮੀਪੁਰ ਖੀਰੀ ਦੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਇਨਸਾਫ਼ ਦਿਵਾਉਣ ਲਈ ਇਹ ਮੇਨ ਟਰੈਕਟਰ ਮਾਰਚ ਆ ਅਤੇ ਇਸ ਤੋਂ ਬਾਅਦ ਦੇਖਦੇ ਹਾਂ ਜੇ ਸਰਕਾਰ ਨਹੀਂ ਜਾਗੀ ਤਾਂ ਕੋਈ ਵੱਡਾ ਪ੍ਰੋਗਰਾਮ ਦਾ। ਕਰਜ਼ਾ ਮੁਕਤ ਕਰੋ, ਕਿਸਾਨਾਂ ਨੂੰ ਕਰਜ਼ਾ ਮੁਕਤ ਕਰੋ।